ਅੱਜ ਸ਼ਾਮ ਤੱਕ ਜੇ ਨਾ ਬੰਦੇ ਅਰੈਸਟ ਕੀਤੇ ਤੇ ਭਾਜੀ ਪ੍ਰਸ਼ਾਸਨ ਦੇ ਵੀ ਉਹਦੇ ਘਰ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ। ਸਾਡਾ ਭਰਾ ਆ, ਉਹ ਸਾਨੂੰ ਸਪੋਰਟ ਕਰਦਾ ਰਿਹਾ, ਅਸੀਂ ਉਹਦੇ ਲਈ ਮਰਨੇ ਵੀ ਤਿਆਰ ਆ ਔਰ ਮਾਰਨੇ ਵੀ ਤਿਆਰ ਆ। ਦਿਨ ਦਿਹਾੜੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ, ਜਿੱਥੇ ਇੱਕ ਪਿੰਡ ਦੇ ਸਰਪੰਚ ਦਾ ਸ਼ਰੇਆਮ ਦਿਨ ਦਿਹਾੜੇ ਤਿੰਨ ਬਾਈਕ ਸਵਾਰ ਹਮਲਾਵਰਾਂ ਦੇ ਵੱਲੋਂ ਆ ਕੇ ਗੋਲੀਆਂ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ। ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਤਾਂ ਦੱਸ ਦਈਏ ਕਿ ਇੱਕ ਵਾਰ ਫੇਰ ਤੋਂ ਹੁਸ਼ਿਆਰਪੁਰ ਦੇ ਵਿੱਚ ਇਹ ਗੋਲੀਆਂ ਚੱਲੀਆਂ ਨੇ, ਗੋਲੀਆਂ ਦੇ ਨਾਲ ਦਹਿਲਿਆ ਹੁਸ਼ਿਆਰਪੁਰ, ਜਿੱਥੇ ਇੱਕ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਸਰਪੰਚ ਆਪਣੇ ਡੰਪ ਦੇ ਉੱਤੇ ਮੌਜੂਦ ਸੀ ਤਾਂ ਉਸ ਸਮੇਂ ਲੋਹੇ ਦੀ ਬੁੱਕਲ ਮਾਰ ਕੇ ਆਏ ਤਿੰਨ ਹਮਲਾਵਰਾਂ ਦੇ ਵੱਲੋਂ ਪਹਿਲਾਂ ਆ ਕੇ ਇਸ ਸਰਪੰਚ ਦੇ ਨਾਲ ਹੱਥ ਮਿਲਾਇਆ ਜਾਂਦਾ ਅਤੇ ਉਸ ਤੋਂ ਬਾਅਦ ਦੇ ਵਿੱਚ ਉਸਦੇ ਕਈ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਉਸਨੂੰ ਮੌਕੇ ਦੇ ਉੱਤੇ ਹਸਪਤਾਲ ਲਿਜਾਇਆ ਜਾਂਦਾ ਹੈ, ਜਿੱਥੇ ਜਾ ਕੇ ਸਰਪੰਚ ਦਮ ਤੋੜ ਦਿੰਦਾ ਹੈ। ਤਾਂ ਦੱਸ ਦਈਏ ਕਿ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ। ਪਿੰਡ ਡਡਿਆਣਾ ਦਾ ਸੰਦੀਪ ਕੁਮਾਰ ਸਰਪੰਚ ਸੀ, ਜਿਸਦੀ ਡੰਪ ਦੇ ਕੋਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜੋ ਕਿ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਸ਼ਰੇਆਮ ਗੋਲੀਆਂ ਚੱਲੀਆਂ ਨੇ। ਦੂਜੇ ਪਾਸੇ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਪੁਲਿਸ ਨੂੰ ਸਖ਼ਤ ਸ਼ਬਦਾਂ ਦੇ ਵਿੱਚ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੇਕਰ 24 ਘੰਟੇ ਦੇ ਅੰਦਰ ਮੁਲਜ਼ਮ ਨਾ ਫੜੇ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਊਗਾ। ਤਾਂ ਵੱਡੀ ਖਬਰ ਹੈ, ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਦੇ ਵਿੱਚ ਗੋਲੀਆਂ ਚੱਲੀਆਂ ਨੇ, ਜਿੱਥੇ ਕਿ ਸ਼ਰੇਆਮ ਸਰਪੰਚ ਦਾ ਕਤਲ ਕਰ ਦਿੱਤਾ ਗਿਆ। ਤਿੰਨ ਬਾਈਕ ਸਵਾਰ ਹਮਲਾਵਰਾਂ ਦੇ ਵੱਲੋਂ ਤਾੜ ਤਾੜ ਗੋਲੀਆਂ ਚਲਾਈਆਂ ਗਈਆਂ ਨੇ, ਜਿਸ ਤੋਂ ਬਾਅਦ ਸਰਪੰਚ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਜਾ ਕੇ ਕਿਹਾ ਜਾ ਰਿਹਾ ਕਿ ਉਸਦੀ ਮੌਤ ਹੋ ਗਈ। ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ। ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਦਾ ਇਹ ਸਰਪੰਚ ਸੀ, ਸੰਦੀਪ ਕੁਮਾਰ ਵਜੋਂ ਇਸਦੀ ਪਹਿਚਾਣ ਹੋਈ ਹੈ। ਸਾਨੂੰ ਜਦ ਕੋਈ ਬੰਦਾ ਕਹਿ ਰਿਹਾ ਕਿ ਇੰਨੇ ਦਿਨ ਉਹਨਾਂ ਦੇ ਕੋਲ ਹਥਿਆਰ ਘੁੰਮਦਾ ਤੇ ਪੁਲਿਸ ਕੀ ਆ, ਪੁਲਿਸ ਜਿਹੜੇ ਆ ਜਿਹੜੇ ਚਿੱਟਾ ਪੀਂਦੇ ਆ ਉਹਨਾਂ ਨੂੰ ਫੜ ਸਕਦੇ ਆ, ਨਾ ਚਿੱਟਾ ਵੇਚਣ ਵਾਲੇ ਨੂੰ ਫੜ ਸਕਦੇ ਆ, ਨਾ ਗੋਲੀਆਂ ਮਾਰਨ ਵਾਲੇ ਨੂੰ ਫੜ ਸਕਦੀ ਆ। ਸਾਰਿਆਂ ਦੀ ਮਿਲੀ ਭੁਗਤ ਵਾ, ਸਾਰਿਆਂ ਦੇ ਕੋਲ ਆ। ਔਰ ਇਹ ਵੀ ਗੱਲ ਸੁਣ ਲਓ, ਜਿਹੜਾ ਸਮਾਜ ਦੇ ਉੱਚੇ ਉੱਤੇ ਉੱਠਦਾ, ਜਿਹੜਾ ਸਾਡੇ ਸਮਾਜ ਦੇ ਵਿੱਚ ਬੰਦਾ ਸਿਰ ਕੱਢਦਾ ਆ, ਉਹਨੂੰ ਟਾਰਗੇਟ ਕੀਤਾ ਜਾਂਦਾ। ਟਾਰਗੇਟ ਕਿਉਂ ਕੀਤਾ ਜਾਂਦਾ? ਕਿ ਉਹ ਦੂਸਰੇ ਬੰਦੇ ਦੀ ਸਪੋਰਟ ਨਾ ਕਰ ਸਕੇ, ਇਸ ਲਈ ਉਹਨੂੰ ਇਹ ਟਾਰਗੇਟ ਕਰਕੇ ਜਿਹੜਾ ਪਲਾਨ ਕਰਕੇ ਮਾਰਿਆ ਗਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਜਿਨ੍ਹਾਂ ਦੇ ਕੁਛ ਪਹਿਲਾਂ ਝਗੜੇ ਹੋਏ ਆ ਉਹਨਾਂ ਨਾਲ ਬੈਠ ਕੇ ਰਾਜ਼ੀਨਾਮੇ ਹੋਏ ਆ, ਉਹਨਾਂ ਨੂੰ ਪਤਾ ਕਿ ਯਾਰ ਤੁਹਾਨੂੰ ਨਮੋਸ਼ੀ ਦੇ ਦਿੱਤੀ ਆ, ਉਹਨਾਂ ਨੇ ਅੱਜ ਜਿਹੜਾ ਇਹ ਕੰਮ ਕਰਾਇਆ ਉਹ ਪਲੈਨਿੰਗ ਦੇ ਤਹਿਤ ਦੂਸਰੇ ਬੰਦੇ ਨੇ ਹਾਇਰ ਕਰਕੇ ਉਹਨੂੰ ਇਹ ਕੰਮ ਕਰਵਾਇਆ। ਅਸੀਂ ਪ੍ਰਸ਼ਾਸਨ ਨੂੰ ਇਹ ਵੀ ਵਾਰਨਿੰਗ ਦੇ ਦੇਣਾ ਚਾਹੁੰਦੇ ਹਾਂ ਕਿ ਉਹ ਸਾਡਾ ਭਰਾ ਸੀਗਾ, ਜੇ ਕਿਸੇ ਨੇ ਅੱਜ ਸ਼ਾਮ ਤੱਕ ਅਰੈਸਟ ਨਾ ਹੋਈ ਉਹਨਾਂ ਦੇ ਘਰ ਵੀ ਲੁੱਟਾਂਗੇ ਤੇ ਹੁਸ਼ਿਆਰਪੁਰ ਦਾ ਏਰੀਆ ਵੀ ਸਾਰਾ ਲੁੱਟਾਂਗੇ। ਅਸੀਂ ਵੀ ਜਾਂਦੇ ਮਾਰ ਦੇਣੇ ਆ, ਇਹ ਦੱਸ ਦਿੰਦੇ ਆ ਪ੍ਰਸ਼ਾਸਨ ਅੱਗੇ ਸੁਣਦਾ ਵੀ ਆ। ਵਿੰਦਰ ਭਾਜੀ ਅੱਜ ਹੋਇਆ ਕੀ ਸੀਗਾ ਭਾਜੀ, ਕਿੱਥੋਂ ਦਾ? ਦੇਖੋ ਮੈਂ ਉਸ ਵੇਲੇ ਨਹੀਂ ਸੀ, ਮੇਰੇ ਭਾਜੀ ਆ ਵੱਡੇ, ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਏਦਾਂ ਏਦਾਂ ਕਰਕੇ ਜਿਹੜਾ ਸਾਡਾ ਵੱਡਾ ਭਰਾ ਸਰਬ ਸੰਦੀਪ ਚੀਨਾ ਉਹਨੇ ਗੋਲੀ ਮਾਰ ਦਿੱਤੀ ਆ। ਜਦੋਂ ਸਾਨੂੰ ਪਤਾ ਲੱਗਾ ਕਿ ਕੇਡੀਐਮ ਪਹੁੰਚ ਗਏ, ਪਰ ਜਿਹੜੇ ਵੀਰ ਦੱਸਦੇ ਉਸ ਵੇਲੇ ਆਉਂਦੇ ਪਏ ਸੀ, ਉਹ ਰਸਤੇ 'ਚ ਦਮ ਤੋੜ ਦਿੱਤਾ।
ਉਹ ਆਪਣੇ ਡੰਪ ਤੇ ਆਏ ਆ, ਡੰਪ ਤੇ ਤਿੰਨ ਬੰਦੇ ਮੋਟਰਸਾਈਕਲ ਤੇ ਆਏ, ਮੂੰਹ ਬੰਨੇ ਹੋ ਸਕੇ, ਉਹਨਾਂ ਨੇ ਰਿਵੋਲਵਰ ਹੱਥ ਮਲਾਇਆ, ਹੱਥ ਮਲਾ ਕੇ ਨਾਲੇ ਰਿਵੋਲਵਰ ਕੱਢ ਕੇ ਸਿੱਧੀ ਇੱਥੇ ਸੱਜੇ ਪਾਸੇ ਗੋਲੀ ਮਾਰੀ ਆ ਜਿੱਦਾਂ ਪਲੈਨ ਕਰਕੇ। ਹੁਣ ਕਿਉਂਕਿ ਇਸ ਵੇਲੇ ਉਹ ਸਿਰ ਕੱਢਮਾ ਚੱਲ ਰਿਹਾ ਸੀ ਬਿਜ਼ਨਸ ਦੇ ਵਿੱਚ, ਆਪਣੇ ਸਮਾਜ ਨੂੰ ਸਪੋਰਟ ਵੀ ਕਰ ਰਿਹਾ ਸੀਗਾ, ਜਿਹੜੀਆਂ ਮਨੁਵਾਦੀ ਤਾਕਤਾਂ ਆ ਔਰ ਜਿਹੜੇ ਆਸੇ ਪਾਸੇ ਬਿਜ਼ਨਸਮੈਨ ਆ, ਉਹ ਨਹੀਂ ਚਾਹੁੰਦੇ ਕਿ ਸਾਡਾ ਸਿਰ ਕੱਢ ਕੇ ਜਿਹੜਾ ਸਾਡੇ ਤੋਂ ਉੱਤੇ ਜਾਵੇ ਕੋਈ ਕੋਈ ਭਾਜੀ ਦੀ ਰੰਜਿਸ਼ ਵਗੈਰਾ ਵੀ ਸੀ, ਕੋਈ ਲੜਾਈ ਭਾਜੀ ਰੰਜਿਸ਼ ਕੋਈ ਨਹੀਂ। ਉਹ ਦੇਖੋ ਇਹਨੇ, ਇਹ ਤਾਂ ਯਾਰ ਬੰਦਾ ਹੀ ਬਹੁਤ ਠੰਡਾ ਸੀ, ਇਹਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ। ਆਪਸ ਵਿੱਚ ਹੀ ਨਿਆਣੇ ਜਿਹੜੇ ਅੱਜ ਕੱਲ੍ਹ ਬਥੇਰੇ ਲੜਦੇ ਆ, ਜੇ ਉਹਨਾਂ ਨੂੰ ਬੁਲਾ ਕੇ ਆਪਾਂ ਬਿਠਾ ਕੇ ਕਿਸੇ ਦਾ ਰਾਜੀਨਾਮਾ ਕਰਾ ਦਿੰਦੇ ਹਾਂ ਤੇ ਉਹ, ਮੈਂ ਕਿਸੇ ਰਾਜੀਨਾਮਾ ਕਰਾਉਂਦਾ ਮੈਨੂੰ ਗੋਲੀ ਮਾਰਨਗੇ? ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਬੱਚੇ ਨੂੰ ਸਮਝਾਉਣ ਵਾਲਾ ਆ, ਪਰ ਉਹਨਾਂ ਨੇ ਇਹ ਭਾਜੀ ਦੇ ਨਾਲ ਖੁੰਦਕ ਕੱਢੀ ਆ। ਔਰ ਇਹਨਾਂ ਨੂੰ ਪ੍ਰਸ਼ਾਸਨ ਨੂੰ ਪਤਾ ਵੀ ਇਹ ਬੰਦੇ ਕਿੱਥੇ ਦੇ ਆ। ਇਸ ਵੇਲੇ ਇੱਕ ਵੀ ਬੰਦਾ ਜਿਹੜਾ ਉਹਨਾਂ ਨੂੰ ਇਹਨਾਂ ਟਾਰਗੇਟ ਤੇ ਨਹੀਂ ਕੀਤਾ ਲਾਣ, ਉਹਨਾਂ ਦੇ ਬੰਦੇ ਲੱਗਿਆ ਪਛਾਣ ਚ ਆਏ ਕਿਹਨਾਂ ਨੇ ਮਾਰੀਆਂ? ਹਾਂ ਪਛਾਣ ਚ ਆਏ ਆ, ਉਹ ਇੱਥੇ ਅਸਲਪੁਰ ਦੇ ਬੰਦੇ ਆ। ਪਹਿਲਾਂ ਕਾਫੀ ਚਿਰ ਪਹਿਲਾਂ ਨਿਆਣਿਆਂ ਦੀ ਤੂੰ ਤੂੰ ਮੈਂ ਹੋਈ ਆ, ਜੇ ਨਿਆਣਿਆਂ ਦੀ ਤੂੰ ਤੂੰ ਮੈਂ ਹੋਈ ਆ, ਬੱਚਿਆਂ ਦਾ ਕੀ, ਵੱਡਿਆਂ ਦਾ ਕੀ ਕਸੂਰ ਆ? ਵੱਡੇ ਦਾ ਹਰੇਕ ਨੂੰ ਸਮਝਾਉਂਦੇ ਆ ਸਾਰਿਆਂ ਨੂੰ, ਪਰ ਇਹ ਜੋ ਕੰਮ ਹੋਇਆ ਪਲੈਨਿੰਗ ਦੇ ਤਹਿਤ ਹੋਇਆ। ਅੱਜ ਜੇ ਇਹ ਸ਼ਾਮ ਤੱਕ ਜਿਹੜਾ ਨਾ ਅਰੈਸਟ ਕੀਤੇ ਗਏ ਤੇ ਭਾਜੀ ਫੇਰ ਕੱਲ ਨੂੰ ਉਹਨਾਂ ਦੇ ਘਰ ਵੀ ਲੂਤੇ ਜਾਣੇ ਆ ਜਿੱਥੇ ਸਾਨੂੰ ਮਿਲ ਗਏ। ਅਸੀਂ ਵੀ ਸ਼ਰਮ ਤੰਗ ਮਾਰ, ਸੰਦੀਪ ਭਾਜੀ ਸਰਪੰਚ ਵੀ ਆ ਮੌਜੂਦ, ਸਰਪੰਚ ਵੀ ਆ ਜਿਹੜੇ ਪਿੰਡ ਦੇ ਡੜਿਆਣੇ ਤੋਂ, ਡੜਿਆਣਾ ਕਲਾਂ ਦੇ ਕਿ ਡੜਿਆਣੇ, ਡੜਿਆਣਾ ਕਲਾਂ ਇਹ ਕਿੰਨੇ ਸਮੇਂ ਤੋਂ ਸਰਪੰਚ ਹੈ ਜੀ ਉੱਥੇ? 10 ਸਾਲ ਤੋਂ ਸਰਪੰਚ ਆ ਉੱਥੇ। ਭਾਜੀ ਭਾਜੀ ਦਾ ਕਾਰੋਬਾਰ ਕਿਆ ਸੀਗਾ ਜੀ? ਭਾਜੀ ਇਹਨਾਂ ਦਾ ਕਾਰੋਬਾਰ ਪਹਿਲਾਂ ਰੇਤਾ ਦਾ ਸੀ, ਹੁਣ ਇਹਨਾਂ ਨੇ ਇੱਕ ਜਿਹੜੀ ਫੈਕਟਰੀ ਲਾਈ ਆ ਬਲੋਕ ਦੀ, ਬਲੋਕਾਂ ਦੀ ਜੋ ਸੀਮਿੰਟ ਦੀਆਂ ਇੱਟਾਂ ਬਣਦੀਆਂ। ਇਸ ਵੇਲੇ ਬਹੁਤ ਵਧੀਆ ਸਮਾਜ ਦੇ ਵਿੱਚ ਔਰ ਆਪਣੇ ਭਰਾਵਾਂ ਦੇ ਵਿੱਚ ਵੀ ਸੇਵਾ ਲਈ ਅੱਗੇ ਵੱਧ ਕੇ ਚੜ ਰਹੇ ਸੀਗੇ। ਹੋ ਸਕਦਾ ਸੀ ਅੱਗੇ ਜਾ ਕੇ ਸ਼ਾਇਦ ਇਲੈਕਸ਼ਨ ਵੀ ਲੜਨ, ਫਿਲਮ ਆ ਰਹੀ ਸੀ, ਸਾਨੂੰ ਪਤਾ ਲੱਗਿਆ ਕਿ ਭਾਜੀ ਹੁਣਾਂ ਦੀ ਇੱਕ ਜੈ ਭੀਮ ਫਿਲਮ ਵੀ ਆ ਰਹੀ ਸੀ, ਆਹ ਪੂਰੀ ਤਿਆਰੀ ਚੱਲ ਰਹੀ ਸੀ। ਇਹੀ ਤਾਂ ਗੱਲ ਆ, ਦੇਖੋ ਇਹੀ ਗੱਲ ਆ ਕਿ ਜੈ ਭੀਮ ਫਿਲਮ ਆ ਰਹੀ ਆ, ਉਹਦੇ ਵਿੱਚ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਸੀਗੇ। ਜਿਹੜਾ ਦੂਸਰੀਆਂ ਤਾਕਤਾਂ ਆ, ਮਨੁਵਾਦ ਤਾਕਤਾਂ, ਉਹ ਨਹੀਂ ਚਾਹੁੰਦੀ ਆ ਕਿ ਇਹ ਲੋਕ ਜਿਹੜਾ ਸਮਾਜ ਆ ਪੜ੍ਹ ਲਿਖ ਕੇ ਜਾਗਰੂਕ ਹੋਵੇ। ਇਹ ਤਾਂ ਬਸ ਉਹੀ ਉੱਥੇ ਜਾ ਕੇ ਮੱਥੇ ਟੇਕੇ ਜਾਣ, ਉਹੀ ਲੋਕ ਆਪਣੇ ਨਿਆਣਿਆਂ ਨੂੰ ਨਾ ਪੜ੍ਹਾਉਣ, ਅੰਧ ਵਿਸ਼ਵਾਸੀ ਬਣ ਕੇ ਰਹਿਣ। ਇਸ ਕਰਕੇ ਉਹ ਜਿਹੜੀ ਫਿਲਮ ਸੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੀਗੀ, ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਲਈ ਸੀ, ਹੈਲਥ ਦੇਣ ਲਈ ਰਹੀ ਸੀ, ਪਰ ਇਹਨਾਂ ਲੋਕਾਂ ਨੇ ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਪਰ ਇੱਕ ਜੇ ਹੀਰਾ ਸਾਡਾ ਕੁਰਬਾਨ ਹੋਇਆ, ਹੀਰੇ ਬਹੁਤ ਬੈਠੇ ਆ, ਪਰ ਉਹ ਬੰਦੇ ਨਹੀਂ ਛੱਡਣੇ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ। ਕਿੱਥੇ ਵਾਪਰੀ ਬਿੰਦਰ ਬਾਜੀ ਘਟਨਾ ਵਾਪਰੀ? ਇਹ ਦਸ਼ੜਕੇ ਦੇ ਕੋਲੇ ਦਿੱਲੀ ਸਾਡਾ ਡੰਪ ਆਪਣਾ ਭਾਜੀ ਹੁਣਾਂ ਦਾ। ਹਾਂਜੀ, ਦਿੱਲੀ ਤੋਂ ਹੁਸ਼ਿਆਰਪੁਰੋਂ ਜਾਂਦੇ ਆ, ਦਸ਼ੜਕੇ ਤੋਂ ਖੱਬੇ ਹੱਥ ਨੂੰ, ਪਹਿਲਾਂ ਹੀ ਦਸ਼ੜਕੇ ਤੋਂ ਦਿੱਲੀ ਸਾਈਡ ਖੱਬੇ ਹੱਥ ਡੰਪ ਆ, ਉੱਥੇ ਫੈਕਟਰੀ ਵੀ ਲਾਈ ਆ ਔਰ ਰੇਤਾ ਦੇ ਆਪਣੇ ਟਿੱਪਰ ਵੀ ਚੱਲਦੇ ਨੇ। ਕਿੰਨੇ ਵਜੇ ਦੀ ਘਟਨਾ ਜੀ ਇਹ? ਸਾਢੇ 9 9:30 ਦੀ ਗੱਲ। ਕੁਛ ਲੱਗਿਆ ਪਤਾ ਜੀ ਕਿੰਨੀਆਂ ਗੋਲੀਆਂ ਹਮਲਾਵਰਾਂ ਨੇ ਚਲਾਈਆਂ? ਉਹਨਾਂ ਨੇ 4 ਗੋਲੀਆਂ ਚਲਾਈਆਂ, 2 ਖਾਲੀ ਚਲ ਗਈਆਂ, ਇੱਕ ਮਿਸ ਹੋ ਗਈ, ਤੀਸਰੀ ਜਿਹੜੀ ਚੌਥੀ ਜਿਹੜੀ ਉੱਥੇ ਇਹਨਾਂ ਦੇ ਸੱਜੇ ਪਾਸੇ ਲੱਗੀ ਆ। ਤੇ ਹੁਣ ਕੀ ਕਾਰਵਾਈ ਚਾਹੁੰਦੇ ਤੁਸੀਂ? ਭਾਜੀ ਕਾਰਵਾਈ ਚਾਹੁੰਦੇ ਆ ਅਸੀਂ, ਸੰਸਕਾਰ ਉਸ ਲਈ ਕਰਨਾ ਆ ਜਿੰਨਾ ਚਿਰ ਰੈਸਟ ਨਹੀਂ ਹੁੰਦੇ। ਜੇ ਅੱਜ ਸ਼ਾਮ ਤੱਕ ਰੈਸਟ ਹੋ ਗਏ ਠੀਕ ਆ, ਨਹੀਂ ਤਾਂ ਆਪਾਂ ਭਾਜੀ ਫਿਰ ਆਪਣਾ ਕਾਰਵਾਈ ਅਸੀਂ ਆਪਣੀ ਫੋਰਸ ਕਰੂਗੇ। ਸ਼੍ਰੀ ਗੁਰੂ ਰਵਿਦਾਸ ਟੈਗਰ ਫੋਰਸ ਹਮੇਸ਼ਾ ਸਮਾਜ ਲਈ ਖੜਦੀ, ਉਹ ਸਾਡਾ ਭਰਾ ਆ, ਉਹ ਸਾਨੂੰ ਸਪੋਰਟ ਕਰਦਾ ਰਿਹਾ, ਅਸੀਂ ਉਹਦੇ ਲਈ ਮਰਨੇ ਵੀ ਤਿਆਰ ਆ ਔਰ ਮਾਰਨੇ ਵੀ ਤਿਆਰ ਆ।